ਲਾਹੌਰ ਦਾ ਗਵਰਨਰ ਨਵਾਬ ਵਜ਼ੀਰ ਖਾਨ ਜੋ ਕਿ ਇੱਕ ਭਿਆਨਕ ਬਿਮਾਰੀ ਤੋਂ ਪੀੜਤ ਸੀ ਉਸ ਨੂੰ ਜਲੋਦਰ ਨਾਮ ਦੀ ਇੱਕ ਬਿਮਾਰੀ ਸੀ ਜਿਸ ਕਾਰਨ ਉਹ ਕਾਫੀ ਜ਼ਿਆਦਾ ਤੰਗ ਪਰੇਸ਼ਾਨ ਰਹਿੰਦਾ ਸੀ ਤੇ ਅਕਸਰ ਹੀ ਇਸ ਚੀਜ਼ ਦੇ ਉਡੀਕ ਦੇ ਵਿੱਚ ਬੈਠਾ ਰਹਿੰਦਾ ਸੀ ਕਿ ਕਿਸ ਤਰੀਕੇ ਉਸ ਦੀ ਇਹ ਬਿਮਾਰੀ ਠੀਕ ਹੋਵੇਗੀ ਸ਼ਾਹੀ ਹਕੀਮਾ ਨੇ ਆਪਣਾ ਪੂਰਾ ਜ਼ੋਰ ਲਗਾ ਲਿਆ ਪਰ ਨਵਾਬ ਵਜ਼ੀਰ ਖਾਨ ਦੀ ਬਿਮਾਰੀ ਠੀਕ ਨਾ ਹੋਈ ਉਹ ਹਮੇਸ਼ਾ ਹੀ ਆਪਣੇ ਨੌਕਰਾਂ ਚਾਕਰਾਂ ਨੂੰ ਇਹ ਗੱਲ ਕਹਿੰਦਾ ਸੁਣਾਈ ਦਿੰਦਾ ਕਿ ਆਖਰ ਉਸ ਦੀ ਇਹ ਬਿਮਾਰੀ ਕਦ ਠੀਕ ਹੋਵੇਗੀ ਕਦ ਉਸ ਨੂੰ ਇਸ ਬਿਮਾਰੀ ਤੋਂ ਰਾਹਤ ਮਿਲੇਗੀ ਲਗਾਤਾਰ ਕਈ ਸਮੇਂ ਤੱਕ ਉਤੰਗ ਪਰੇਸ਼ਾਨ ਰਿਹਾ ਤੇ ਇੱਕ ਸਮਾਂ ਆਇਆ ਜਦ ਇਸ ਬਿਮਾਰੀ ਨੇ ਹੋਰ ਭਿਆਨਕ ਰੂਪ ਲੈ ਲਿਆ ਇਹ ਬਿਮਾਰੀ ਇੰਨੀ ਕਾ ਜ਼ਿਆਦਾ ਭਿਆਨਕ ਰੂਪ ਦੇ ਵਿੱਚ ਤਬਦੀਲ ਹੋ ਗਈ ਕਿ ਲਗਾਤਾਰ ਜਿਹੜਾ ਵਜ਼ੀਰ ਖਾਨ ਸੀ ਉਸ ਤਰੀਕੇ ਬਿਮਾਰ ਹੁੰਦਾ ਰਿਹਾ ਕਿ ਉਸ ਦੀਆਂ ਪਰੇਸ਼ਾਨੀਆਂ ਵਿਵਦਧੀਆਂ ਰਹੀਆਂ ਤੇ ਉਹ ਆਪ ਕਾਫੀ ਜ਼ਿਆਦਾ ਤੰਗ ਰਹਿਣ ਲੱਗ ਗਿਆ ਫਿਰ ਉਸ ਤੋਂ ਬਾਅਦ ਇੱਕ ਦਿਨ ਦੀ ਗੱਲ ਹੈ ਕਿ ਉਸ ਨੇ ਆਪਣੇ ਮਹਿਲ ਦੇ ਵਿੱਚ ਆਪਣੇ ਨੌਕਰ ਨੂੰ ਬੁਲਾਇਆ ਨੌਕਰ ਨੂੰ ਕਿਹਾ ਕਿ ਆਸ-ਪਾਸ ਦੇ ਇਲਾਕੇ ਦੇ ਵਿੱਚ ਕੋਈ ਅਜਿਹਾ ਵਿਅਕਤੀ ਲੱਭ ਜਿਹੜਾ ਕਿ ਮੇਰਾ ਰੋਗ ਮੇਰੇ ਤੋਂ ਦੂਰ ਕਰ ਸਕੇ ਅਸਲ ਦੇ ਵਿੱਚ ਵਜ਼ੀਰ ਖਾਨ ਦੇ ਵੱਲੋਂ ਆਪਣੇ ਨੌਕਰ ਨੂੰ ਇੱਕ ਮਹਾਪੁਰਸ਼ ਦੀ ਭਾਲ ਦੇ ਵਿੱਚ ਭੇਜ ਦਿੱਤਾ ਗਿਆ ਜਿਹੜਾ ਉਹਨਾਂ ਦਾ ਨੌਕਰ ਸੀ ਉਹ ਲਗਾਤਾਰ ਪਿੰਡਾ ਪਿੰਡਾ ਦੇ ਵਿੱਚ ਜਾ ਕੇ ਇੱਕ ਮਹਾਪੁਰਖ ਦੀ ਜਾਂਚ ਪੜਤਾਲ ਕਰਨ ਲੱਗ ਗਿਆ ਇੱਧਰ ਉੱਧਰ ਉਹਨਾਂ ਨੂੰ ਲੱਭਣ ਲੱਗ ਗਿਆ ਬਾਅਦ ਦੇ ਵਿੱਚ ਉਸ ਨੂੰ ਪਤਾ ਲੱਗਾ ਕਿ ਸਿੱਖਾਂ ਦੇ ਪੰਜਵੇਂ ਗੁਰੂ ਤਨਤਨ ਗੁਰੂ ਅਰਜਨ ਦੇਵ ਜੀ ਜਿਹੜੇ ਕਿ ਇਸ ਵੇਲੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਮੌਜੂਦ ਨੇ ਜੇਕਰ ਨਵਾਬ ਵਜ਼ੀਰ ਖਾਨ ਸੱਚੇ ਦਿਲੋਂ ਉਹਨਾਂ ਦੇ ਕੋਲ ਜਾਏਗਾ ਤੇ ਨਵਾਬ ਵਜ਼ੀਰ ਖਾਨ ਦਾ ਰੋਗ ਦੂਰ ਹੋ ਜਾਏਗਾ ਜਿਸ ਤੋਂ ਬਾਅਦ ਨੌਕਰ ਵਾਪਸ ਹੈਲਥ ਦੇ ਵਿੱਚ ਪਹੁੰਚ ਗਿਆ ਤੇ ਉਸਨੇ ਆਕੇ ਵਜ਼ੀਰ ਖਾਨ ਨੂੰ ਦੱਸਿਆ ਕਿ ਸਿੱਖਾਂ ਦੇ ਪੰਜਵੇਂ ਗੁਰੂ ਤਨਤਨ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਦੇ ਵਿੱਚ ਨੇ ਤੇ ਤੁਸੀਂ ਉਹਨਾਂ ਦੇ ਕੋਲ ਜਾਓ ਉੱਥੇ ਜਾ ਕੇ ਸੱਚੇ ਦਿਲੋਂ ਅਰਦਾਸ ਕਰਿਓ ਤੁਹਾਡਾ ਰੋਗ ਆਪਣੇ ਆਪ ਤੁਹਾਡੇ ਤੋਂ ਦੂਰ ਹੋ ਜਾਏਗਾ ਜਿਸ ਤੋਂ ਬਾਅਦ ਵਜ਼ੀਰ ਖਾਨ ਸੱਚੇ ਦਿਲੋਂ ਉਸ ਵੇਲੇ ਦਰਬਾਰ ਦੇ ਵਿੱਚ ਗਿਆ ਉੱਥੇ ਪਹੁੰਚਿਆ ਤੇ ਜਾ ਕੇ ਸਭ ਤੋਂ ਪਹਿਲਾਂ ਉਸਨੇ ਹੱਥ ਜੋੜ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਪ੍ਰਣਾਮ ਕੀਤਾ ਉਸ ਤੋਂ ਬਾਅਦ ਗੁਰੂ ਸਾਹਿਬ ਨੂੰ ਆਪਣੇ ਰੋਗ ਦੇ ਬਾਰੇ ਦੱਸਿਆ ਤੇ ਕਿਹਾ ਕਿ ਮੈਂ ਬੜੀਆਂ ਆਸਾ ਲੈ ਕੇ ਤੁਹਾਡੇ ਕੋਲ ਆਇਆ ਮੈਂ ਕਾਫੀ ਜ਼ਿਆਦਾ ਤੰਗ ਪਰੇਸ਼ਾਨਾ ਕਾਫੀ ਸਮਾਂ ਗੁਜ਼ਰ ਚੁੱਕਾ ਹੈ ਮੈਂ ਠੀਕ ਨਹੀਂ ਹੋ ਰਿਹਾ ਤੇ ਮੇਰੇ ਤੇ ਕਿਰਪਾ ਕਰੋ ਤੇ ਮੈਨੂੰ ਠੀਕ ਕਰ ਦਿਓ ਤੰਤਨ ਗੁਰੂ ਅਰਜਨ ਦੇਵ ਜੀ ਨੇ ਨਵਾਬ ਵਜ਼ੀਰ ਖਾਨ ਦੀ ਪੀੜਾ ਨੂੰ ਜਾਣ ਲਿਆ ਤੇ ਉਸ ਨੂੰ ਕਹਿਣ ਲੱਗੇ ਕਿ ਜਦ ਤੁਸੀਂ ਇੱਥੋਂ ਦੀ ਉੱਠ ਕੇ ਬਾਹਰ ਨੂੰ ਜਾਓਗੇ ਤੇ ਬਾਹਰ ਸਰੋਵਰ ਦੇ ਕੰਡੇ ਤੇ 베ਰੀ ਦੀ ਛਾਂ ਹੇਠਾਂ ਬਾਬਾ ਬੁੱਢਾ ਜੀ ਬੈਠੇ ਹੋਣਗੇ ਤੁਸੀਂ ਉਹਨਾਂ ਦੇ ਕੋਲ ਜਾਇਓ ਉਹ ਤੁਹਾਨੂੰ ਆਪਣੇ ਆਪ ਠੀਕ ਕਰ ਦੇਣਗੇ ਜਿਸ ਤੋਂ ਬਾਅਦ ਵਜ਼ੀਰ ਖਾਨ ਬਾਬਾ ਬੁੱਢਾ ਜੀ ਦੇ ਕੋਲ ਚਲਾ ਗਿਆ ਉੱਥੇ ਜਾ ਕੇ ਉਸਨੇ ਬਾਬਾ ਬੁੱਢਾ ਜੀ ਨੂੰ ਆਖਿਆ ਕਿ ਮੈਂ ਲਾਹੌਰ ਦਾ ਗਵਰਨਰ ਨਵਾਬ ਵਜ਼ੀਰ ਖਾਨ ਹਾਂ ਮੈਨੂੰ ਇੱਕ ਬਿਮਾਰੀ ਹੋਈ ਹੈ ਕਿਰਪਾ ਕਰਕੇ ਮੇਰੇ ਤੋਂ ਮੇਰੀ ਬਿਮਾਰੀ ਦੂਰ ਕਰ ਦਿਓ ਜਿਸ ਤੋਂ ਬਾਅਦ ਬਾਬਾ ਬੁੱਢਾ ਜੀ ਨੇ ਇਹ ਸਾਰੀ ਗੱਲ ਸੁਣੀ ਨਵਾਬ ਵਜ਼ੀਰ ਖਾਨ ਨੇ ਗੱਲ ਵੀ ਆਖੀ ਕਿ ਉਸ ਨੂੰ ਇੱਥੇ ਗੁਰੂ ਅਰਜਨ ਦੇਵ ਜੀ ਨੇ ਭੇਜਿਆ ਜਿਸ ਤੋਂ ਬਾਅਦ ਬਾਬਾ ਬੁੱਢਾ ਜੀ ਨੇ ਅੱਗੇ ਉਹਦੀ ਨਵਾਬ ਵਜ਼ੀਰ ਖਾਨ ਨੂੰ ਇਹ ਗੱਲ ਆਖੀ ਜਿਸ ਤੋਂ ਬਾਅਦ ਬਾਬਾ ਬੁੱਢਾ ਜੀ ਨੇ ਆਖਿਆ ਕਿ ਗੁਰੂ ਸਾਹਿਬ ਤਾਂ ਖੁਦ ਸਰਵ ਸ਼ਕਤੀਮਾਨ ਨੇ ਮੈਂ ਉਹਨਾਂ ਦਾ ਇੱਕ ਛੋਟਾ ਜਿਹਾ ਭਗਤਾਂ ਤਾਂ ਤੁਸੀਂ ਉਹਨਾਂ ਦੇ ਕੋਲ ਹੀ ਜਾਓ ਉਹ ਆਪਣੇ ਆਪ ਤੁਹਾਡੇ ਤੋਂ ਤੁਹਾਡਾ ਰੋਗ ਦੂਰ ਕਰ ਦੇਣਗੇ ਜਿਸ ਤੋਂ ਬਾਅਦ ਵਜ਼ੀਰ ਖਾਨ ਵਾਪਸ ਗੁਰੂ ਅਰਜਨ ਦੇਵ ਜੀ ਦੇ ਕੋਲ ਆ ਗਿਆ ਤੇ ਉੱਥੇ ਆ ਕੇ ਉਹਨਾਂ ਨੂੰ ਕਹਿਣ ਲੱਗਾ ਕਿ ਗੁਰੂ ਸਾਹਿਬ ਮੇਰੇ ਤੋਂ ਮੇਰਾ ਰੋਗ ਦੂਰ ਕਰ ਦਿਓ ਜਿਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਵਜ਼ੀਰ ਖਾਨ ਨੂੰ ਇਹ ਗੱਲ ਆਖੀ ਕਿ ਜਦ ਤੁਸੀਂ ਬਾਬਾ ਬੁੱਢਾ ਜੀ ਦੇ ਕੋਲ ਜਾਓਗੇ ਤੇ ਉੱਥੇ ਜਾ ਕੇ ਤੁਸੀਂ ਆਪਣਾ ਸ਼ਾਹੀ ਅੰਦਾਜ਼ ਨਹੀਂ ਦਿਖਾਣਾ ਤੁਸੀਂ ਇੱਕ ਆਮ ਇਨਸਾਨ ਬਣ ਕੇ ਜਾਓ ਉਹ ਆਪਣੇ ਆਪ ਤੁਹਾਡੇ ਤੋਂ ਤੁਹਾਡਾ ਰੋਗ ਦੂਰ ਕਰ ਦੇਣਗੇ ਉਸ ਤੋਂ ਬਾਅਦ ਵਜ਼ੀਰ ਖਾਨ ਬਾਬਾ ਬੁੱਢਾ ਜੀ ਦੇ ਕੋਲ ਗਿਆ ਤੇ ਉੱਥੇ ਜਾ ਕੇ ਇੱਕ ਆਮ ਇਨਸਾਨ ਬਣ ਕੇ ਕਹਿਣ ਲੱਗਾ ਕਿ ਮੈਨੂੰ ਭਿਆਨਕ ਬਿਮਾਰੀ ਹੋਈ ਹੈ ਮੇਰੇ ਤੋਂ ਮੇਰੀ ਬਿਮਾਰੀ ਦੂਰ ਕਰ ਦਿਓ ਤੇ ਬਾਬਾ ਬੁੱਢਾ ਜੀ ਨੇ ਉਸੇ ਵੇਲੇ ਵਜ਼ੀਰ ਖਾਨ ਨੂੰ ਜ਼ਮੀਨ ਤੇ ਲੇਟਣ ਦੇ ਲਈ ਕਹਿ ਦਿੱਤਾ ਤੇ ਕਿਸੇ ਦੇ ਕੋਲੋਂ ਇੱਕ ਚਿੱਕੜ ਦੇ ਨਾਲ ਭਰਿਆ ਹੋਇਆ ਟੋਕਰਾ ਮੰਗਾਇਆ ਉਹ ਚਿੱਕੜ ਨਾਲ ਭਰਿਆ ਹੋਇਆ ਟੋਕਰਾ ਵਜ਼ੀਰ ਖਾਨ ਦੇ ਪੇਟ ਤੇ ਕਈ ਵਾਰ ਬਾਬਾ ਬੁੱਢਾ ਜੀ ਨੇ ਮਾਰਿਆ ਜਿੰਨੀ ਵਾਰ ਵੀ ਵਜ਼ੀਰ ਖਾਨ ਦੇ ਪੇਟ ਤੇ ਇਹ ਚਿੱਕੜ ਦੇ ਨਾਲ ਭਰਿਆ ਹੋਇਆ ਟੋਕਰਾ ਮਾਰਿਆ ਉੰਨੀ ਵਾਰ ਉਸ ਦੇ ਮੂੰਹ ਦੇ ਵਿੱਚੋਂ ਸਤਨਾਮ ਵਾਹਿਗੁਰੂ ਨਿਕਲਿਆ ਤੇ ਉਸ ਤੋਂ ਬਾਅਦ ਉਸ ਨੂੰ ਮਹਿਸੂਸ ਹੋਣ ਲੱਗਾ ਕਿ ਉਹ ਹੁਣ ਬਿਲਕੁਲ ਠੀਕ ਹੋ ਗਿਆ ਜਿਸ ਤੋਂ ਬਾਅਦ ਬਾਬਾ ਬੁੱਢਾ ਜੀ ਨੇ ਵਜ਼ੀਰ ਖਾਨ ਨੂੰ ਸੁਖਮਣੀ ਸਾਹਿਬ ਦਾ ਗੁਟਕਾ ਸਾਹਿਬ ਦਿੱਤਾ ਤੇ ਉਸ ਨੂੰ ਇਹ ਗੱਲ ਆਖੀ ਕਿ ਰੋਜ਼ਾਨਾ ਇਸ ਦੇ ਵਿੱਚੋਂ ਪਾਠ ਕਰਨਾ ਹੈ